ਜੈ ਹਿੰਦ ਦੋਸਤੋ, ਮੈਂ ਹਮੁਕਤਾ ਤੇ ਵੀ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ। ਇਹ ਸੁਣਨ ਦੇ ਵਿੱਚ ਆ ਰਿਹਾ ਹੁਸ਼ਿਆਰਪੁਰ ਦੇ ਵਿੱਚ ਇਹ ਚਰਚਾ ਫੈਲੀ ਹੋਈ ਹੈ ਪੂਰੇ ਸ਼ਹਿਰ ਦੇ ਵਿੱਚ ਕਿ ਡਾਇਰੀਆ ਦੇ ਜਿਹੜੇ ਮਰੀਜ਼ ਹੈ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ। ਅਸੀਂ ਹੋਸਪਿਟਲ ਪਹੁੰਚੇ ਹਾਂ ਇਹੀ ਜਾਣਕਾਰੀ ਇਨਫੋਰਮੇਸ਼ਨ ਇਕੱਠੀ ਕਰਨ ਵਾਸਤੇ ਪਹੁੰਚੇ ਹਾਂ। ਇੱਥੇ ਡਾਕਟਰਸ ਦੇ ਨਾਲ ਗੱਲਬਾਤ ਕਰਾਂਗੇ, ਐਮਰਜੈਂਸੀ ਵਾਰਡ ਦਾ ਦੌਰਾ ਕਰਾਂਗੇ, ਇੱਥੇ ਜਿਹੜੇ ਨੋਰਮਲ ਵਾਰਡਸ ਨੇ ਉੱਥੇ ਦੌਰਾ ਕਰਾਂਗੇ ਅਤੇ ਦੇਖਾਂਗੇ ਇੱਥੇ ਕਿੰਨੇ ਕੁ ਡਾਇਰੀਆ ਦੇ ਜਿਹੜੇ ਮਰੀਜ਼ ਨੇ ਇੱਥੇ ਹੈਗੇ ਨੇ ਅਤੇ ਡਾਕਟਰਸ ਦੇ ਨਾਲ ਗੱਲਬਾਤ ਕਰਕੇ ਇਹ ਜਾਣਕਾਰੀ ਹਾਸਲ ਕਰਾਂਗੇ ਕਿ ਕਿੰਨੇ ਕੁ ਜਿਹੜੇ ਡਾਇਰੀਆ ਦੇ ਪੇਸ਼ੈਂਟਸ ਹੈ ਉਹ ਇੱਥੇ ਆ ਚੁੱਕੇ ਨੇ ਅਤੇ ਕਿੰਨੇ ਦਾ ਟ੍ਰੀਟਮੈਂਟ ਇੱਥੇ ਚੱਲ ਰਿਹਾ ਹੈ। ਸਰਵਨ ਕੁਮਾਰ, ਬਸੰਤ ਨਗਰ। ਲੈਟਰਿੰਗ ਹੋਤਾ ਹੈ, ਪੇਟ ਮੇ ਦਰਦ ਹੈ। ਅਭੀ ਤੋ ਕੁਛ ਨਹੀਂ ਬਤਾਇਆ ਥਾ। ਹਾਂ ਜੀ, ਹਾਂ ਜੀ, ਨਹੀਂ। ਬਹਾਦਰ ਸਿੰਘ ਰਵਿਦਾਸ ਨਗਰ ਮੁੱਲਾ। ਹਾਂ, ਸਹੀ ਮਿਲ ਰਿਹਾ ਜੀ। ਹਾਂ, ਟਾਈਮ ਦਵਾਈ ਤਾਂ ਆਪਾਂ ਅੰਦਰੋਂ ਹੀ ਮਿਲਦੇ, ਟੀਕਾ ਬਾਹਰੋਂ ਲਿਆਉਂਦੇ ਆਪਾਂ, ਮਤਲਬ ਅੰਦਰ ਨਹੀਂ ਮਿਲਦੇ, ਮਤਲਬ ਬਾਕੀ ਸਭ ਅੰਦਰੋਂ ਹੀ ਮਿਲਦੇ। ਹਾਂਜੀ, ਠੀਕ ਹੈ ਜੀ, ਵਧੀਆ। ਹਾਂ, ਨਹੀਂ ਨਹੀਂ ਸਰ, ਡਾਇਰੀਆ ਦਾ ਕਹਿਰ ਜਿਹੜਾ ਪੂਰੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਫੈਲਿਆ ਹੋਇਆ, ਇਹਦੇ 'ਚ ਕਿੰਨੀ ਕੁ ਸੱਚਾਈ ਹੈ, ਕਿੰਨੇ ਕੁ ਮਰੀਜ਼ ਜਿਹੜੇ ਨੇ ਹਾਲੇ ਤੱਕ ਆ ਚੁੱਕੇ ਨੇ ਹੋਸਪਿਟਲ ਦੇ ਵਿੱਚ, ਕਿੰਨਿਆਂ ਦਾ ਟ੍ਰੀਟਮੈਂਟ ਚੱਲ ਰਿਹਾ? ਜਿਹੜੇ ਪੇਪਰ ਦੇ ਵਿੱਚ ਇੱਕ ਖਬਰ ਲੱਗੀ ਹੈ ਕਿ 300 ਤੋਂ ਵੱਧ ਡਾਇਰੀਆ ਦੇ ਕੇਸਿਸ ਹੋ ਗਏ ਨੇ, ਇਹ ਸਿੰਪਲ ਅਫਵਾਹ ਹੈ, ਕਿਉਂਕਿ ਸਾਡੇ ਕੋਲ ਜਿਹੜੇ ਰਿਕਾਰਡ ਦੇ ਮੁਤਾਬਕ ਹਜੇ ਤੱਕ 68 ਕੇਸ ਟੋਟਲ ਜਿਹੜੇ ਹੈ ਡਾਇਰੀਆ ਦੇ ਆਏ ਨੇ। ਉਹਨਾਂ ਵਿੱਚੋਂ ਅਸੀਂ 25 ਦੇ ਸਟੂਲ ਸੈਂਪਲ ਲਏ, ਜਿਨ੍ਹਾਂ ਦੇ ਵਿੱਚੋਂ 7 ਜਿਹੜੇ ਨੇ ਕੋਲਰਾ ਲਈ ਪੋਜ਼ਿਟਿਵ ਪਾਏ ਗਏ ਨੇ, ਅਤੇ ਉਹਦੇ ਵਿੱਚੋਂ ਅਸੀਂ ਵਾਟਰ ਦੇ ਸੈਂਪਲਿੰਗ ਜਿਹੜੀ ਹੈ ਉਹ ਵੀ ਜਿਹੜੇ 13 ਸੈਂਪਲ ਅਸੀਂ ਵਾਟਰ ਦੇ ਲਏ ਨੇ। ਅਤੇ ਅਫੈਕਟਿਡ ਏਰੀਆ ਜਿਹੜੇ ਹੈ, ਜ਼ਿਆਦਾ ਕੇਸਿਸ ਜਿਹੜੇ ਰਵਿਦਾਸ ਨਗਰ ਦੇ ਵਿੱਚੋਂ ਸੀਗੇ, ਜਿਸਦਾ 53 ਕੇਸਿਸ ਅਸੀਂ ਕਹਿ ਸਕਦੇ ਹਾਂ, ਅਤੇ ਬਾਕੀ ਜਿਹੜੇ ਆਕਾਸ਼ ਕਲੋਨੀ, ਬੇਗਮਪੁਰਾ ਅਤੇ ਪ੍ਰੀਤ ਨਗਰ ਦੇ ਵਿੱਚੋਂ ਕੇਸਿਸ ਨਿਕਲੇ ਨੇ। ਅਤੇ ਪੇਸ਼ੈਂਟ ਜਿਹੜੇ ਆ ਪ੍ਰੋਪਰਲੀ ਟ੍ਰੀਟ ਹੋ ਰਹੇ, ਕੋਈ ਕੈਜੂਅਲਟੀ ਨਹੀਂ, ਮਤਲਬ ਕੋਈ ਵੀ ਡਾਇਰੀਆ ਦੇ ਨਾਲ ਡੈਥ ਨਹੀਂ ਹੋਈ। ਪੈਨਿਕ ਹੋਣ ਦੀ ਲੋੜ ਕੋਈ ਨਹੀਂ ਹੈ, ਕਿਉਂਕਿ ਸਾਡੇ ਕੋਲ ਸਾਰੇ ਕਿਸਮ, ਹਰ ਕਿਸਮ ਦੇ ਇੰਤਜ਼ਾਮ ਇੱਥੇ ਹੈਗੇ ਨੇ, ਸਿਵਲ ਹੋਸਪਿਟਲ ਦੇ ਵਿੱਚ ਵੀ, ਅਤੇ ਸਾਡੇ ਐਪੀਡੀਮੀਓਲੋਜਿਸਟ ਵੀ ਜਿਹੜੀਆਂ ਟੀਮਸ ਨੇ ਉਹ ਲੈ ਕੇ ਉੱਥੇ ਸਰਵੇ ਵੀ ਕਰ ਰਹੇ ਨੇ ਅਤੇ ਸਾਰਾ ਕੁਛ ਕਰ। ਸਾਨੂੰ ਸਾਡੇ ਵੱਲੋਂ ਪਬਲਿਕ ਨੂੰ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਜਿਹੜਾ, ਕਿਉਂਕਿ ਡਾਇਰੀਆ ਦੇ ਕੇਸਿਸ ਆ ਰਹੇ ਨੇ ਅਤੇ ਉਹਦੇ ਵਿੱਚ ਇੱਕ ਤਾਂ ਜਿਹੜਾ ਪਾਣੀ ਹੈ ਸਾਨੂੰ ਬੋਇਲ ਕਰਕੇ ਠੰਡਾ ਕਰਕੇ ਉਹ ਪੀਣਾ ਚਾਹੀਦਾ, ਫਰੈਸ਼ ਫੂਡ ਖਾਣਾ ਚਾਹੀਦਾ, ਖਾਣਾ ਖਾਣ ਤੋਂ ਪਹਿਲਾਂ ਹੱਥ ਸਾਫ਼ ਕਰੋ, ਅਤੇ ਜਿਹੜੇ ਓਵਰ ਰਾਈਪਨਡ ਫਰੂਟ ਜਾਂ ਗਲੇ ਸੜੇ ਫਰੂਟ ਉਹ ਨਾ ਖਾਓ, ਅਤੇ ਹੱਥ ਸਾਫ਼ ਦੇ ਨਾਲ ਜਿਹੜਾ ਆਪਾਂ ਹੱਥ ਸਾਫ਼ ਕਰਕੇ ਖਾਣਾ ਖਾਣ ਤੋਂ ਪਹਿਲਾਂ ਵੀ ਅਤੇ ਬਾਅਦ 'ਚ ਵੀ ਸਾਫ਼ ਕਰੀਏ, ਆਪਣੀ ਜਿਹੜੀ ਪਰਸਨਲ ਹਾਈਜੀਨ ਦੀ ਸਫਾਈ ਰੱਖੀਏ ਅਤੇ ਪਾਣੀ ਨੂੰ ਉਬਾਲ ਕੇ ਪੀਏ। ਇਹੀ ਸਭ ਤੋਂ ਵੱਡੀ ਜਿਹੜੀ ਹੈ ਪ੍ਰੀਵੈਂਸ਼ਨ ਜਿਹੜੀ ਹੈ ਉਹਦੇ ਨਾਲ ਕੰਟਰੋਲ ਕਰਦੇ। ਬਾਕੀ ਸਾਡੇ ਕੋਲ ਐਡੀਕੁਏਟ ਦਵਾਈਆਂ, ਬੈੱਡ ਸਾਡੇ ਕੋਲ, ਸਾਡੀਆਂ ਐਮਰਜੈਂਸੀ ਟੀਮ ਸਾਰੀਆਂ ਰੈਡੀ ਨੇ, ਅਤੇ ਸਾਡਾ ਵਾਰਡ ਦੇ ਵਿੱਚ ਡਾਕਟਰਸ ਵੀ ਅਵੇਲੇਬਲ ਨੇ, ਐਮਰਜੈਂਸੀ ਦੇ ਵਿੱਚ ਅਵੇਲੇਬਲ ਨੇ। ਸਿਹਤ ਵਿਭਾਗ ਵੱਲੋਂ ਸਾਡੇ ਟੀਮਸ ਜਿਹੜੀਆਂ ਨੇ ਡੋਰ ਟੂ ਡੋਰ ਸਰਵੇ ਕਰਕੇ ਆਏ ਨੇ, ਉਹ ਤੋਂ ਬਾਅਦ ਕਲੋਰੀਨ ਟੈਬਲੇਟਸ ਉਹਨਾਂ ਨੇ ਵੰਡ ਦਿੱਤੀਆਂ ਨੇ ਉੱਥੇ ਜਾ ਕੇ, ਅਤੇ ਮੈਡੀਕਲ ਕੈਂਪ ਇੱਕ ਉੱਥੇ ਰਵਿਦਾਸ ਨਗਰ ਦੇ ਵਿੱਚ ਅਸੀਂ ਸਪੈਸ਼ਲੀ ਗੁਰਦੁਆਰੇ ਵਿੱਚ ਲਵਾਇਆ ਸੀ, ਉੱਥੇ ਵੀ ਜਿਹੜੇ ਪੇਸ਼ੈਂਟ ਟ੍ਰੀਟ ਕੀਤੇ ਨੇ, ਅਤੇ ਲੋਕਾਂ ਨੂੰ ਟਾਈਮ ਟੂ ਟਾਈਮ ਹੈਲਥ ਐਜੂਕੇਸ਼ਨ ਵੀ ਜਿਹੜੀ ਅਸੀਂ ਦੇ ਰਹੇ ਹਾਂ। ਸੋ ਸਾਡੀ ਆਮ ਪਬਲਿਕ ਨੂੰ ਇਹੀ ਅਪੀਲ ਹੈ
ਕਿ ਸਿਹਤ ਵਿਭਾਗ ਜਿਹੜਾ ਬਿਲਕੁਲ ਸਤਰਕ ਹੈ ਅਤੇ ਸਾਡੇ ਵੱਲੋਂ ਪੂਰੇ ਇੰਤਜ਼ਾਮ ਨੇ, ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ। ਅਤੇ ਆਪਾਂ ਜਿਹੜੀਆਂ ਤੁਹਾਨੂੰ ਪ੍ਰੀਕੋਸ਼ਨ ਦੱਸੀਆਂ ਨੇ, ਜਿਸ ਤਰ੍ਹਾਂ ਕਿ ਪਾਣੀ ਉਬਾਲ ਕੇ ਪੀਣਾ, ਸਾਫ਼ ਸੁਥਰਾ ਖਾਣਾ ਖਾਣਾ, ਓਵਰ ਰਾਈਪਨਡ ਜਿਹੜੇ ਜ਼ਿਆਦਾ ਪੱਕੇ ਫਲ ਨਹੀਂ ਖਾਣੇ, ਅਤੇ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ 'ਚ ਹੱਥ ਧੋ ਕੇ ਅਸੀਂ ਖਾਣਾ ਖਾਣਾ, ਅਤੇ ਸਫਾਈ ਆਪਣੀ ਰੱਖਣੀ ਹੈ। ਇਹਦੇ ਨਾਲ ਸਾਰਾ ਕੰਟਰੋਲ ਹੋ ਜਾਏਗਾ, ਕੋਈ ਡਰਨ ਵਾਲੀ ਗੱਲ ਨਹੀਂ। 68 ਪੇਸ਼ੈਂਟ ਸਾਡੇ ਆ ਚੁੱਕੇ। ਦੇਖੋ ਬਰਸਾਤਾਂ ਦੇ ਵਿੱਚ ਇਹ ਜਿਹੜੇ ਹੈ, ਕਈ ਵਾਰ ਜਿਹੜਾ ਵਾਟਰ ਹੈ ਓਵਰਫਲੋ ਹੋ ਜਾਂਦਾ, ਵਾਰ ਸੀਵਰੇਜ ਦਾ ਜਿਹੜਾ ਪਾਣੀ ਕਈ ਵਾਰ ਦੂਸਰੇ ਜਿਹੜੇ ਡਰਿੰਕਿੰਗ ਵਾਟਰ ਦੇ ਨਾਲ ਮਿਕਸ ਹੋ ਜਾਂਦਾ। ਉਹਦੇ ਲਈ ਵੀ ਅਸੀਂ ਕਾਰਪੋਰੇਸ਼ਨ ਨੂੰ ਜਿਹੜੀਆਂ ਪ੍ਰੋਪਰ ਜਿਹੜੀਆਂ ਇੰਸਟਰਕਸ਼ਨਸ ਨੇ ਅਸੀਂ ਦੇ ਦਿੱਤੀਆਂ ਹੋਈਆਂ ਨੇ। ਅਤੇ ਪਰ ਇਸ ਵਾਰ ਪਿਛਲੀ ਵਾਰ ਦੇ ਹਿਸਾਬ ਨਾਲ ਸਾਡੀ ਹੈਲਥ ਟੀਮ ਜਿਹੜੀਆਂ ਉਹ ਜ਼ਿਆਦਾ ਸਤਰਕ ਨੇ, ਅਤੇ ਅਸੀਂ ਵਿਜੀਲੈਂਟ ਹੈ, ਪ੍ਰੋਪਰ ਸਰਵੇ ਹੋ ਰਿਹਾ, ਪ੍ਰੋਪਰ ਸਾਡੇ ਕੋਲ ਸਾਰੇ ਪ੍ਰਬੰਧ ਨੇ। ਨਗਰ ਨਿਗਮ ਦਾ ਜੇ ਪਾਣੀ ਮਿਕਸ ਹੋ ਤਾਂ ਨੈਚੁਰਲੀ ਉਹਦੇ ਨਾਲ ਤਾਂ ਪ੍ਰੋਬਲਮ ਹੋ ਸਕਦੀ ਹੈ, ਪਰ ਉਹਦੇ ਵਿੱਚ ਅਸੀਂ ਜਿਹੜੀ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜੀ ਆਪਣੇ ਵੱਲੋਂ ਜਿਹੜੀ ਪ੍ਰੀਵੈਂਟਿਵ ਮੇਜਰ ਲਈ ਆਪਣੇ ਵੱਲੋਂ ਉਹਨਾਂ ਨਾਲ ਮੀਟਿੰਗ ਕਰ ਚੁੱਕੇ ਹਾਂ, ਅਤੇ ਉਹਨਾਂ ਨੂੰ ਦੱਸ ਦਿੱਤਾ ਵੀ ਕੀ ਕਰਨੀ, ਕੀ ਪ੍ਰਬੰਧ ਲੈਣੇ। ਅਜੇ ਤੱਕ ਸਾਡੇ ਕੋਲ ਜਿਹੜੇ ਗੈਸਟਰੋਇੰਟਾਈਟਿਸ ਦੇ ਕੇਸ ਆ ਰਹੇ ਨੇ, ਬਟ ਕੋਈ ਕੋਲਰਾ ਦਾ ਕਨਫਰਮਡ ਕੇਸ ਸਾਡੇ ਕੋਲ ਨਹੀਂ ਆਏ ਹੈਗੇ। ਇਹਦੇ ਵਾਸਤੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ। ਪਾਣੀ ਜਿਹੜਾ ਹੈਗਾ ਆਪਾਂ ਨੂੰ ਉਬਾਲ ਕੇ ਪੀਣਾ ਚਾਹੀਦਾ ਹੈਗਾ, ਹੱਥ ਪੈਰ ਸਾਫ਼ ਸੁਥਰੇ ਰੱਖਣੇ ਚਾਹੀਦੇ ਆ, ਔਰ ਕੋਈ ਇੰਨੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਕੋਈ ਨੰਬਰ ਆਫ ਕੇਸ ਕੋਈ ਇੰਨੇ ਪੇਸ਼ੈਂਟ ਆਲਮੋਸਟ ਸਾਰੇ ਠੀਕ ਹੈਗੇ ਨੇ, ਜਿੰਨੇ ਆਏ ਸੀਗੇ ਕਿ 2-3 ਸਾਡੇ ਕੋਲ ਸੀਗੇ ਡਿਸਚਾਰਜ ਹੋ ਕੇ ਚਲੇ ਗਏ ਨੇ, ਠੀਕ ਨੇ ਪੇਸ਼ੈਂਟ। ਸਭ ਤੋਂ ਪਹਿਲੇ 28 ਤਾਰੀਖ ਕੋ ਹਮਾਰੇ ਪਾਸ ਇੱਕ ਡਾਇਰੀਆ ਕੇਸ ਰਿਪੋਰਟ ਹੋਏ ਥੇ, ਜਿਸ ਮੈਂ ਲੈਬ ਟੈਸਟ ਕਰਨੇ ਕੇ ਬਾਅਦ ਪਾਇਆ ਗਿਆ ਕਿ ਇਹ ਕੋਲਰਾ ਪੋਜੀਟਿਵ ਹੈ। ਤੋ ਉਸਕੇ ਨੈਕਸਟ ਡੇ ਹੀ ਪੂਰੇ ਇਲਾਕੇ ਮੈਂ ਹਮ ਲੋਗੋ ਨੇ ਰਵਿਦਾਸ ਨਗਰ ਕੇ ਸਰਵੇ ਕਰਾਇਆ, ਜਿਸ ਮੈਂ ਸੇ ਔਰ ਵੀ ਕੁਛ ਕੇਸ ਨਿਕਲੇ। ਸਭੀ ਘਰੋਂ ਮੈਂ ਹਮ ਲੋਗੋ ਨੇ ਕਲੋਰੀਨ ਟੈਬਲੇਟ ਔਰ ORS ਕੇ ਪੈਕੇਟ ਡਿਸਟ੍ਰੀਬਿਊਟ ਕਰਾਇਆ। ਕੇਸਿਸ ਕੰਟਰੋਲ ਹੋ ਗਏ ਹੈ, ਲੇਕਿਨ ਕੁਛ ਕੇਸਿਸ ਐਸੇ ਹੋਤੇ ਹੈ ਜੋ ਕੋਈ ਇਨਫੈਕਸ਼ਨ ਪਹਿਲੇ ਲੱਗ ਜਾਤਾ ਹੈ, ਤੋ ਉਨਕੇ ਕੰਟਰੋਲ ਹੋਣੇ ਮੈਂ ਥੋੜ੍ਹਾ ਟਾਈਮ ਲੱਗਣੇ, ਲੇਕਿਨ ਅਭੀ ਤੱਕ ਇਹ ਕੰਟਰੋਲ ਹੈ। ਲੇਕਿਨ ਲੋਗੋ ਸੇ ਇੱਕ ਰਿਕੁਐਸਟ ਹੈ ਕਿ ਸਭੀ ਬਰਸਾਤ ਕੇ ਮੌਸਮ ਕੋ ਦੇਖਤੇ ਹੋਏ ਪੀਣੇ ਵਾਲੇ ਪਾਣੀ ਕੋ ਬੋਇਲਡ ਕਰਕੇ ਪੀਏ, ਔਰ ਕਲੋਰੀਨ ਟੈਬਲੇਟ ਜ਼ਰੂਰ ਉਸਮੇ ਮਿਕਸ ਕਰੇ, 20 ਲੀਟਰ ਮੇਂ ਇੱਕ ਟੈਬਲੇਟ ਜੋ ਕਿ ਸਵਾਸਥ ਵਿਭਾਗ ਕੇ ਪਾਸ ਅਵੇਲੇਬਲ ਹੈ, ਉਹ ਜ਼ਰੂਰ ਕਲੈਕਟ ਕਰੇ ਯਹਾਂ ਆਕਰ, ਔਰ ਪੀਣੇ ਕੇ ਪਾਣੀ ਮੇਂ ਮਿਲਾ ਕੇ 1 ਘੰਟੇ ਕੇ ਬਾਅਦ ਉਸਕੋ ਯੂਜ ਕਰੇ। ਖਾਣਾ ਖਾਣੇ ਸੇ ਪਹਿਲੇ ਹੱਥ ਜ਼ਰੂਰ ਧੋਏ, ਆਪਣੇ ਕਿਚਨ ਕੀ ਸਾਫ਼ ਸਫਾਈ ਰੱਖੇ, ਜਬ ਵੀ ਬਾਹਰ ਨਿਕਲੇ ਤੋ ਸਟ੍ਰੀਟ ਫੂਡ ਖਾਣੇ ਸੇ ਅਵੋਇਡ ਕਰੇ। ਮੇਰਾ ਨਾਮ ਮਨੂ ਚੋਪੜਾ, ਮੈਂ ਯਹਾਂ ਮਾਈਕਰੋਬਾਇਓਲੋਜਿਸਟ ਹੂੰ। ਆਜ ਐਮਰਜੈਂਸੀ ਮੇਂ ਵੀ ਪੇਸ਼ੈਂਟਸ ਔਰ ਆ ਰਹੇ, ਇਸ ਲਈ ਹਮਨੇ ਯਹ ਲੈਬ ਖੋਲੀ ਹੈ, ਕਿਉਂਕਿ ਉਨਕੀ ਸਟੂਲ ਕੰਪਲੀਟ ਐਗਜ਼ਾਮੀਨੇਸ਼ਨ ਔਰ ਕਲਚਰਸ ਲਗਾਏ ਜਾ ਰਹੇ ਹੈ, ਕਿਉਂਕਿ ਇਹ ਸਾਰੇ ਕੋਲਰਾ ਕੇ ਸਸਪੈਕਟਡ ਕੇਸਿਸ ਹੈ। ਨਹੀਂ, ਅਦਰਵਾਈਜ਼ ਤੋ ਹਮਾਰੇ ਪਾਸ ਇਤਨਾ ਸਟਾਫ ਨਹੀਂ ਕਿ ਹਮ ਸੰਡੇ ਕੋ ਵੀ ਖੋਲ ਸਕੇ, ਲੇਕਿਨ ਅਗਰ ਆਊਟਬ੍ਰੇਕ ਹੋ ਜਾਂ ਐਮਰਜੈਂਸੀ ਹੋ ਤਾਂ ਫਿਰ ਹਮੇਂ ਖੋਲਣੀ ਪੜਤੀ ਹੈ। ਤੁਸੀਂ ਦੇਖਿਆ ਕਿ ਸਿਹਤ ਵਿਭਾਗ ਵੱਲੋਂ ਡਾਇਰੀਆ ਨਾਲ ਨਿਪਟਣ ਦੇ ਲਈ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ, ਤੇ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਦੇਣ ਦੇ ਨਾਲ ਨਾਲ ਵਿਭਾਗ ਦੀ ਟੀਮ ਵੱਲੋਂ ਡਾਇਰੀਆ ਪ੍ਰਭਾਵਿਤ ਇਲਾਕਿਆਂ ਤੇ ਹੋਰਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਪ੍ਰਬੰਧਾਂ ਨੂੰ ਲੈ ਕੇ ਉਦਾਸੀਨ ਰਵੱਈਆ ਅਪਣਾਇਆ ਜਾਂਦਾ ਹੋਵੇ, ਪਰ ਇਸ ਦੇ ਨਾਲ ਨਾਲ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਪੂਰੀ ਤਰ੍ਹਾਂ ਨਾਲ ਜਾਗਰੂਕ ਹੋ ਕੇ ਪਰਹੇਜ਼ ਅਪਣਾਈਏ। ਦੂਜੇ ਪਾਸੇ ਇਸ ਬਾਰੇ ਗੱਲ ਕਰਨ ਤੇ ਮੇਅਰ ਸ਼ਿਵ ਸੂਦ ਦਾ ਕਹਿਣਾ ਹੈ ਕਿ ਡਾਇਰੀਆ ਸੰਬੰਧੀ ਉਹਨਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਅੰਡਰ ਕੰਟਰੋਲ ਹੈ ਅਤੇ ਨਿਗਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਲਗਭਗ ਸਾਰੇ ਟਿਊਬਵੈਲਾਂ ਤੇ ਡੋਜਰ ਸਿਸਟਮ ਲੱਗੇ ਹੋਏ ਹਨ ਤੇ ਜਿੱਥੇ ਡੋਜਰ ਸਿਸਟਮ ਨਹੀਂ ਹਨ ਉੱਥੇ ਮੈਨੂਅਲੀ ਕਲੋਰੀਨ ਪਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਲਗਾਤਾਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਅਫਵਾਹ ਤੇ ਵਿਸ਼ਵਾਸ ਨਾ ਕਰਨ ਅਤੇ ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਸਹਿਯੋਗ ਦੇਣ। ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੁਕਤਾ ਵਾਲੀਆ।